ਪਾਰਟੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਦੇ ਹੱਕ ਵਿੱਚ ਸਰਹੰਦੀ ਏਰੀਆ 'ਚ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਨਾਲ ਵਰਕਰਾਂ ਵੱਲੋਂ ਹਿੱਸਾ ਲਿਆ ਗਿਆ। ਇਹ ਰੋਡ ਸ਼ੋਅ ਦੀਨਾਨਗਰ ਦੇ ਸਰਹੰਦੀ ਖੇਤਰ ਦੇ ਪਿੰਡ ਦਬੁਰਜੀ ਤੋਂ ਸ਼ੁਰੂ ਹੋ ਕੇ ਦੀਨਾਨਗਰ ਦੇ ਸਰਹੰਦੀ ਬਲਾਕ ਦਰੋਂਗਲਾ ਵਿਖੇ ਪਹੁੰਚਿਆ, ਜਿੱਥੇ ਵਰਕਰਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ ਗਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਦਾ ਡਿਪਟੀ ਸੀਐਮ ਦਲਿਤ ਪਰਿਵਾਰ 'ਚੋਂ ਬਣੇਗਾ। ਉਹਨਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ 'ਤੇ ਕਿਹਾ ਕਿ ਉਹਨਾਂ ਨੇ ਦੱਸਿਆ ਕਿ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਦੁੱਖ ਹੋਇਆ। ਉਹਨਾਂ ਦੱਸਿਆ ਕਿ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਦੋਸ਼ੀ ਕਾਬੂ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਕਿ ਇਸ 'ਚ ਬਾਦਲ ਸਰਕਾਰ ਦਾ ਹੱਥ ਹੈ। ਦੱਸਿਆ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਦੇ ਲੋਕ ਵੋਟਰਾਂ ਨੂੰ ਪੈਸਾ ਵੰਡਣਗੇ, ਪਰ ਕੋਈ ਵੀ ਮਨਾ ਮਤ ਕਰਨਾ, ਪੈਸਾ ਲੈ ਲੈਣਾ, ਪਰ ਵੋਟ ਇਹਨਾਂ ਨੂੰ ਨਾ ਪਾਉਣਾ। ਅਰਵਿੰਦ ਕੇਜਰੀਵਾਲ ਜੀ ਆ ਰਹੇ ਹਨ। ਇਸ ਗਾਉਂ ਕੇ ਅਭੀ ਹਮਾਰੇ ਹੈਡ ਹੈ ਯਾਰ। ਸਾਡੇ ਚੋਣ ਦੇ ਕੋਆਰਡੀਨੇਟਰ ਨੂੰ ਜੀਆਂ ਰੱਖਦੇ ਆ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਜੋਗਿੰਦਰ ਸਿੰਘਾਵਰ ਪੈਦਾ ਇਨਕਲਾਬੀ ਲੋਕ, ਸ਼ਹਾਦਤਾਂ ਦੇਣ ਵਾਲੇ ਲੋਕ। ਆਖਰ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਜੋਗਿੰਦਰ ਮੇਰਾ ਨਮਸਕਾਰ, ਸਤਿ ਸ੍ਰੀ ਅਕਾਲ। ਅੱਜ ਸਵੇਰੇ ਜਿਨ ਲੋਕਾਂ ਨੇ ਅਕਾਲੀ ਕਰਤੂਤ ਕਰੀ ਥੀ ਉਨਕੋ ਬਖਸ਼ੇਂਗੇ ਨਹੀਂ, ਉਨਕੋ ਪਕੜ ਕੇ ਐਸੀ ਸਜ਼ਾ ਦਿਲਵਾਏਂਗੇ, ਭਵਿਸ਼ਯ ਮੇਂ ਕੋਈ ਹਿੰਮਤ ਨਹੀਂ ਕਰੇਗਾ ਇਸ ਤਰ੍ਹਾਂ ਕੀ ਕਾਲੀ ਹਰਕਤ ਕਰਕੇ। ਪੈਸੇ ਬਾਂਟਨੇ ਆਏਂਗੇ ਬਾਦਲੋਂ ਕੇ ਆਦਮੀ, ਕਾਂਗਰਸ ਕੇ ਲੋਕ ਵੀ ਆਏਂਗੇ ਪੈਸੇ ਬਾਂਟਨੇ ਕੇ ਲੀਏ। ਮਨਾ ਮਤ ਕਰਨਾ, ਲੈ ਲੈਣਾ ਸਬਸੇ ਪੈਸੇ, ਆਪਣਾ ਹੀ ਪੈਸਾ ਲੁੱਟ ਰੱਖਾ ਇਹਨਾਂ ਨੇ। ਪੈਸਾ ਦੋਨੋ ਪਾਰਟੀਓ ਸੇ ਲੇਂਗੇ, ਲੇਕਿਨ ਵੋਟ ਝਾੜੂ ਕੇ ਉੱਪਰ। ਇਸ ਬਾਰ ਧੋਖਾ ਦੇਂਗੇ ਇਨ ਲੋਕੋ ਕੋ, 20 ਸਾਲ ਸੇ ਇਹ ਲੋਕ ਧੋਖਾ ਦੇ ਰਹੇ ਹੈ। ਇਸ ਬਾਰ ਪੈਸੇ ਦੋਨੋ ਪਾਰਟੀਓ ਸੇ ਲੇਂਗੇ, ਲੇਕਿਨ ਵੋਟ ਝਾੜੂ ਕੇ ਉੱਪਰ ਪੜੇਗਾ। ਬੋਲੋ ਬਾਰਡਰ ਏਰੀਏ ਨੂੰ ਸਮਰਪਿਤ ਰੈਲੀ ਕੀਤੀ ਹੈ, ਬਾਰਡਰ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਰਪਿਤ ਕੀਤੀ ਹੈ, ਕਿਉਂਕਿ 17 ਸਾਲਾਂ ਦੇ ਵਿੱਚ ਇਸ ਬਾਰਡਰ ਦੇ ਏਰੀਏ ਦਾ ਕਿਸੇ ਵੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੇ ਕੋਈ ਖਿਆਲ ਨਹੀਂ ਕੀਤਾ, ਕੋਈ ਡਿਵੈਲਪਮੈਂਟ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ, ਤੇ ਇਧਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਵੈਸੇ ਤਾਂ ਸਾਰੇ ਹਲਕੇ 'ਚ ਕੁਛ ਨਹੀਂ ਕੀਤਾ, ਸਾਰੇ ਹਲਕੇ ਦਾ ਹੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਪਰੰਤੂ ਇਸ ਏਰੀਏ 'ਚ ਪਰਟੀਕੁਲਰਲੀ ਕੋਈ ਕੰਮ ਨਹੀਂ ਹੋਇਆ, ਤੇ ਲੋਕ ਬਹੁਤ ਦੁਖੀ ਨੇ ਵਕਤ ਦੀਆਂ ਸਰਕਾਰਾਂ ਤੋਂ, ਵਕਤ ਦੇ ਵਿਧਾਇਕਾਂ ਤੋਂ, ਤੇ ਮੇਰੇ ਮਨ ਨੂੰ ਇਹਨਾਂ ਦੀ ਗੱਲ ਜੱਚੀ। ਇਸ ਕਰਕੇ ਅਸੀਂ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਤੁਹਾਨੂੰ? ਇੰਨਾ ਹੰਗਾਰਾ ਮਿਲਿਆ ਕਿ ਮੈਂ ਸੋਚਿਆ ਹੀ ਨਹੀਂ ਸੀ। ਸੈਂਕੜੇ ਗੱਡੀਆਂ ਤੇ ਸੈਂਕੜੇ ਮੋਟਰਸਾਈਕਲ ਤੇ ਸੈਂਕੜੇ ਲੋਕ ਤੇ ਥਾਂ ਥਾਂ ਲੋਕਾਂ ਨੇ ਖੜੇ ਹੋ ਕੇ ਕੇਜਰੀਵਾਲ